ਜੰਗ ਅਤੇ ਯੁੱਧ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੇ ਜੰਗ ਅਤੇ ਯੁੱਧ ਤਕਲੀਫ ਹੁੰਦੀ ਹੈ ਦਰਦ ਹੁੰਦੇ ਨੇ ਪੀੜਾ ਹੁੰਦੀ ਆ ਹੰਝੂ ਹੁੰਦੇ ਨੇ ਹੌਕੇ ਤੇ ਹਾਵੇ ਹੁੰਦੇ ਨੇ ਤੇ ਜੇ ਇਸ ਦਰਦ ਨੂੰ ਜਾਨਣਾ ਹੋਵੇ ਪੁੱਛਣਾ ਹੋਵੇ ਤਾਂ ਉਸ ਮਾਂ ਤੋਂ ਪੁੱਛਿਆ ਜਾ ਸਕਦਾ ਜਿਸ ਦਾ ਪੁੱਤਰ ਜਿਉਣ ਰੁੱਤੇ ਜੰਗ ਨੇ ਖਾ ਲਿਆ ਇਸ ਸਪੀਡ ਦਾ ਅਹਿਸਾਸ ਉਸ ਮੁਟਿਆਰ ਤੋਂ ਹੋ ਸਕਦਾ ਜਿਸ ਦਾ ਪਤੀ ਉਸ ਦੀ ਚੜ੍ਹਦੀ ਜਵਾਨੀ ਦੇ ਵਿੱਚ ਉਸ ਨੂੰ ਛੱਡ ਕੇ ਤੁਰ ਗਿਆ ਉਹਨਾਂ ਬੱਚਿਆਂ ਤੋਂ ਜਾਣਿਆ ਜਾ ਸਕਦਾ ਜੋ ਬਾਪ ਦੇ ਮੋਹ ਪਿਆਰ ਤੋਂ ਸਖਣੇ ਹੋ ਗਏ ਨੇ ਜੰਗ ਤੇ ਯੁੱਧ ਪੀੜਾ ਹੁੰਦੇ ਨੇ ਤਕਲੀਫ ਹੁੰਦੇ ਨੇ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੇ ਤੇ ਜਦੋਂ ਹਾਲਾਤ ਇਸ ਤਰ੍ਹਾਂ ਦੇ ਹੋਣ ਜਦੋਂ ਸਾਰੀ ਦੁਨੀਆ ਕਰੋਨਾ ਦੀ ਮਹਾਮਾਰੀ ਦੇ ਵਿੱਚ ਬੁਰੀ ਤਰ੍ਹਾਂ ਤਰਹ ਤਰਹ ਕਰ ਰਹੀ ਹੋਵੇ ਉਸ ਵੇਲੇ ਚੀਨ ਵੱਲੋਂ ਲਦਾਖ ਦੇ ਬਾਰਡਰ ਤੇ ਹਮਲਾ ਕਰ ਦੇਣਾ ਔਰ ਉਸ ਹਮਲੇ ਦੇ ਵਿੱਚ ਸਾਡੇ ਦੇਸ਼ ਦੇ 20 ਜਵਾਨਾਂ ਦਾ ਸ਼ਹੀਦ ਹੋ ਜਾਣਾ ਤੇ ਚੀਨ ਦਾ ਇਸ ਤੋਂ ਵੀ ਵੱਧ ਆਪਣੇ ਆਪ ਨੁਕਸਾਨ ਕਰਵਾ ਲੈਣਾ ਕਿਸੇ ਵੀ ਤਰ੍ਹਾਂ ਦੀ ਦਾਨਸ਼ਮੰਦੀ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ ਸਿਆਣਪ ਨਹੀਂ ਹੈ ਕਿਉਂਕਿ ਜੰਗ ਤੇ ਯੁੱਧ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦੇ ਮੈਂ ਦੁਨੀਆ ਦੇ ਸਾਰੇ ਦੇਸ਼ਾਂ ਦੇ ਹੁਕਮਰਾਨਾਂ ਨੂੰ ਸੰਬੋਧਿਤ ਹੋ ਕੇ ਕੁਝ ਸਤਰਾਂ ਕਹਿਣੀ ਚਾਹੁੰਦਾ ਹਾਂ ਤੁਸੀਂ ਨਿਸ਼ਚਿੰਤ ਰਹੋ ਬਾਦਸ਼ਾਹ ਸਲਾਮਤ ਹੈ ਤੁਸੀਂ ਨਿਸ਼ਚਿੰਤ ਰਹੋ ਬਾਦਸ਼ਾਹ ਸਲਾਮਤ ਹੈ ਬਾਦਸ਼ਾਹ ਦੇ ਚਾਚੇ ਦਾ ਮੁੰਡਾ ਉਸ ਦੀ ਮਾਸੀ ਦਾ ਪੁੱਤ ਅਤੇ ਉਸ ਦੀ ਭੂਆ ਦਾ ਪੋਤਰਾ ਵੀ ਸਲਾਮਤ ਹੈ ਤੁਸੀਂ ਨਿਸ਼ਚਿੰਤ ਰਹੋ ਕੋਈ ਖਤਰਾ ਨਹੀਂ ਖਤਰਾ ਹੋ ਵੀ ਨਹੀਂ ਸਕਦਾ ਕਿਉਂਕਿ ਬਾਦਸ਼ਾਹ ਤਾਂ ਹੁਕਮ ਚਾੜ ਰਿਹਾ ਹੈ ਫੂੰਕਾਰੇ ਮਾਰ ਰਿਹਾ ਹੈ ਜਾਂ ਉੱਚ-ਉੱਚੀ ਦਹਾੜ ਰਿਹਾ ਹੈ ਤੇ ਤੁਸੀਂ ਤੁਸੀਂ ਜਾਓ ਦੇਸ਼ ਦੀ ਰਾਖੀ ਲਈ ਹੱਦਾਂ ਤੇ ਸਰਹੱਦਾਂ ਦੀ ਰਾਖੀ ਲਈ ਜਾਓ ਲੜੋ ਸ਼ਹੀਦ ਹੋ ਕੇ ਆਓ ਅਤੇ ਦੇਸ਼ ਦੇ ਝੰਡੇ ਦੇ ਬਸਤਰ ਦੇ ਵਿੱਚ ਪੈਨ ਕੇ ਘਰ ਆ ਜਾਓ ਸ਼ਹੀਦ ਅਖਵਾਓ ਖਤਰਾ ਕੋਈ ਨਹੀਂ ਕਿਉਂਕਿ ਬਾਦਸ਼ਾਹ ਤਾਂ ਸਲਾਮਤ ਹੈ ਬਾਦਸ਼ਾਹ ਦਾ ਪਰਿਵਾਰ ਵੀ ਸਲਾਮਤ ਹੈ ਜੰਗ ਅਤੇ ਯੁੱਧ ਸਿਰਫ ਤੇ ਸਿਰਫ ਨੌਜਵਾਨਾਂ ਨੂੰ ਲੈ ਜਾਂਦੇ ਨੇ ਫੌਜੀਆ ਨੂੰ ਲੈ ਜਾਂਦੇ ਨੇ ਦੇਸ਼ ਦੇ ਰਖਵਾਲਿਆਂ ਨੂੰ ਲੈ ਜਾਂਦੇ ਨੇ ਜੰਗ ਅਤੇ ਯੁੱਧ ਕਿਸੇ ਮਸਲੇ ਦਾ ਕੋਈ ਹੱਲ ਨਹੀਂ ਹੁੰਦੇ ਮੈਂ ਇਸ ਵੇਲੇ ਜਦੋਂ ਮੇਰੇ ਦੇਸ਼ ਦੇ 20 ਜਵਾਨ ਲਦਾਖ ਸ਼ਹੀਦ ਹੋਏ ਨੇ ਉਹਨਾਂ ਨੂੰ ਸਜਦਾ ਪ੍ਰਗਟ ਕਰਦਾ ਉਹਨਾਂ ਨੂੰ ਸਲਾਮ ਕਰਦਾ ਉਹਨਾਂ ਦੀ ਸ਼ਹੀਦੀ ਨੂੰ ਨਮਸਤਕਾਰ ਕਰਦਾ ਤੇ ਅਸੀਂ ਇਹ ਜ਼ਰੂਰ ਫੈਸਲਾ ਕਰੀਏ ਦੇਸ਼ ਦੇ ਦੁਨੀਆ ਦੇ ਸਾਰੇ ਹੁਕਮਰਾਨ ਇਹ ਜ਼ਰੂਰ ਫੈਸਲਾ ਕਰਨ ਇਹ ਅਟੱਲ ਫੈਸਲਾ ਕਰਨ ਕਿ ਯੁੱਧ ਅਤੇ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੇ ਸ਼ਾਂਤੀ ਤੋਂ ਬਿਹਤਰ ਹੋਰ ਕੁਝ ਵੀ ਨਹੀਂ ਹੋ ਸਕਦਾ